حیدری باواز بلندتر صلوات اجازت ہے میں عقیدہ دی نماز شروع کروں اگر جناب دی طبیعت طاہر و پاکیزہ ہوئے تو میں فقیر سید جناب دے سامنے تطہیر والے گھرانے دا ذکر کروں اعوذ باللہ من الشیطان اللعین الرجیم بسم اللہ الرحمن الرحیم یا علی تو میرا امام مومنٹ منافق دی پہچان الحمدو للہ رب العالمین واللہ عاقبت للمتقین وجنت للمؤمنین والنار للکافرین والمنافقین الصلوۃ والسلام علی من کان نبیا وارد مبین الماء والتین صلوا سید الثقلین شمس المشرقین والمغربین جد الحسن والحسین ابوالقاسم محمد اللہ بسائفائن عطائن وروائن دربار تو لیئے فی یوم الخندق افضل من عبادت ثقلین و اولد سبتین الحسن والحسین لوے ہاتھ بلند کر کے نعرے حیدری الصلوۃ والسلام علی سیدۃ الجلیلۃ المخدومۃ المحرومۃ ان میرا سے ابھی سیدت نساء العالمین نجاف کنو ٹرایا بچڑا تڑے جنگ دا منصف تھی کے میں بھی بہو جنگ کیتے ہن بھلا کیتے ن پانی سیادا دے پیا تسا بھی مرین کدیا تے دریا اتھوں بہو نزدیک میں دل اپنے وزن کیتا ہے تڈ جنگ دا شان او نجاف کنو ٹرایا بچڑا تڈ جنگ دا من جنہاں دے ہاتھ کھلن او سینے تے آسن اجو میں وی بو جنگ کیتے ہن سمجھے بھلا کیتے ن پانی او جوانو او غیرت مندو
ਪੀਆ ਤਰਜਾ ਵੀ ਮਰੀ ਨੇ ਕਲੀਆਂ ਦੇ ਦਰਿਆ ਇੱਥੋਂ ਗੋ ਮੈਂ ਦਿਲ ਆਪਣੇ ਵਿੱਚ ਵਜਾਨ ਕੀਤਾ ਤੇਰੇ ਜੰਗ ਦਾ ਸ਼ਾਨ ਸੋਹਣਾ ਰੋ ਪਾਇਓ ਇਹ ਪਹਿਲਾਂ ਬਣਦਾ ਹੀ ਇਹ ਗੱਲ ਕੀਤੀ ਹੈ ਕਾਇਨਾਤ ਦੇ ਆਜ਼ਾਦ ਤੇ ਬਹਾਦਰ ਜਰਨੈਲ ਕਰਬਲਾ ਦੇ ਚੁੱਪ ਜਰਨੈਲ ਸਹੀ ਆ ਜਾ ਹੱਥ ਬਧੀ ਖਣ ਮੈਂ ਕੋ ਦੱਸੋ ਅੱਬਾਸ ਹੀ ਕੋਈ ਜਵਾਬ ਦਿੱਤਾ ਜਾਂ ਕੋਈ ਨਾ ਗਾਦੀਆ ਦੇ ਹਜ਼ੂਰ ਤੇ ਮੇਰੇ ਜੰਗ ਵਿੱਚ ਬਾਬਾ ਹੈ ਫਰਕ ਜ਼ਮੀਨ ਜਾਂਦੇ ਹੱਥ ਖੁੱਲੇ ਨੋ ਸੀਨੇ ਤੇ ਅਸੀਂ ਤੜੀਆਂ ਮਦੀਆਂ ਉਹ ਰਕਾਬ ਨਪੇ ਜਦੋਂ ਤੂੰ ਘੋੜੇ ਕਰੇ ਸੇ ਮਾਤਮ ਜਿਹੜੀ ਗੱਲ ਗਾਜ਼ੀ ਕੀਤੀ ਸੁਣਾ ਨਾ ਗਾਜ਼ੀਆਂ ਦੇ ਹਜ਼ੂਰ ਵਿੱਚ ਜੰਗਾਂ ਦੇ ਬਾਬਾ ਕੋਈ ਫਿਕਰ ਨਹੀਂ ਹਰਮਾ ਸਮਝੇ ਮੇਰੇ ਨਾਲ ਹਜ਼ੂਰ ਦੀਆਂ ਧੀਆਂ ਹੈ ਨੇ ਇਹ ਦਰਦ ਵੇਦਾ ਜੀ ਜੀ ਉਹ ਹਜ਼ੂਰ ਵਿੱਚ ਜੰਗਾਂ ਦੇ ਬਾਬਾ ਕੋਈ ਫਿਕਰ ਨਹੀਂ ਸ਼ਾਬਾਸ਼ ਮੇਰੇ ਨਾਲ ਹਜ਼ੂਰ ਦੀਏ ਵਸਦੇ ਰਹੋ ਤੁਸੀਂ ਕੋਈ ਦੁੱਖ ਨਾ ਦੇਖੋ ਬਹੁ ਔਖੀ ਇਜਾਜ਼ਤ ਮਿਲੀ ਹੈ ਸਕੀਨਾ ਦੇ ਮਾਸ਼ਕੀ ਕੋ ਬਾਬਲ ਹਵਾ ਜੇ ਹਾਂ ਜਾਵੇ ਤਾਂ ਭਿੰਨ ਗਿਣੇ ਹਾਏ ਥੋੜੇ ਬੰਦਾ ਕੀਤੀ ਹੈ ਅਸ਼ਫਾਕ ਮੇਰਾ ਸੌਖੀ ਮਿਲੀ ਹੈ ਇਜਾਜ਼ਤ ਕਈ ਦਫਾ ਅੱਬਾਸ ਕੋਸ਼ਿਸ਼ ਕੀਤੀ ਜੋ ਸਰਦਾਰ ਦੇ ਪੈਰਾਂ ਤੇ ਹੱਥ ਰੱਖ ਕੇ ਟੁਰ ਪਵਾਂ ਕਿਹੜਾ ਮਾਤਮੀ ਜਿਹੜਾ ਹੈ ਨਹੀਂ ਕਰ ਸਕਦਾ ਜਿਹੜਾ ਵਹਿੰਦਾ ਆਈ ਹੁਸੈਨ ਡੂ ਗੱਲ ਹੀ ਕਰਦਾ ਆਈ ਅੱਬਾਸ ਚੁੱਪ ਕਰ ਵਹਿੰਦਾ ਆਈ ਪਹਿਲੀ ਗੱਲ ਅੱਬਾਸ ਤੂੰ ਖਣੇ ਤਾਂ ਮੇਰੀ ਕਮਰ ਮਜ਼ਬੂਤ ਹੈ ਮੈਂ ਸ਼ੀਆ ਨਾ ਸਮਝਿਆ ਸਾ ਬੰਦੇ ਕੋ ਜਿਹੜਾ ਹੈ ਨਾ ਕਰ ਸਕਾਂ ਤੂੰ ਖਣੇ ਮੇਰੀ ਕਮਰ ਮਜ਼ਬੂਤ ਹੈ ਜਿਹੜਾ ਤੂੰ ਟੁਰ ਵੈਸੇ ਤੇਰੇ ਤੇ ਅੱਬਾ ਅਕਬਰ ਦੇ ਬਾਅਦ ਮੈਂ ਕੋ ਕਹੇ ਨਾ ਮਾਰਾ ਮੈਂ ਆਪੇ ਮਰ ਵੈਸਾ ਜਿਹੜੀਆਂ ਲਾਹੌਰ ਵਾਲੀ ਸਹਿਣ ਕੋ ਮੁਕਾਣ ਨਹੀਂ ਬਣੇ ਅੱਬਾਸ ਤੂੰ ਖਣੇ ਤਾਂ ਜੰਗ ਹੈ ਜਿੱਦਾਂ ਤੂੰ ਟੁਰ ਵੈਸੇ ਜੰਗ ਮੁੱਕ ਵੈਸੀ ਲੁੱਟ ਪਏ ਵੈਸੀ ਕੋਈ ਮੇਰੀਆਂ ਧੀਆਂ ਦੇ ਡਾਹ ਚ ਲੁੱਟੇ ਸੀ ਕੋਈ ਮੇਰੀਆਂ ਯਤੀਮ ਧੀਆਂ ਦੇ ਕੰਨਾਂ ਚ ਦੁਰ ਛਿੱਕੇ ਸੀ ਅੱਬਾਸ ਚੁੱਪ ਕਰ ਵੈਂਦਾ ਹੈ ਡਾਵੀਂ ਦਰੀਆਂ ਡੁਪਾਰ ਤੇ ਹੈ ਗਾਜ਼ੀ ਸ਼ਹਿਨਸ਼ਾਹ ਆਪਣੀ ਕਿਸੇ ਗਰਦ ਨਾਲ ਜਾਂ ਸਰਦਾਰ ਦੇ ਹੁਕਮ ਦੀ ਤਾਮੀਲ ਦੀ ਖਾਤਰ ਅੱਬਾਸ ਦਾ ਆਪਣੇ ਖੈਮੇ ਦੇ ਨਾਲ ਗੁਜ਼ਰ ਹੋਏ ਅੱਬਾਸ ਦੇ ਕੰਨਾਂ 'ਤੇ ਕਿਹੋ ਜਿਹੀ ਗੱਲ ਆਈ ਜੋ ਗਾਜ਼ੀ ਕੋ ਜ਼ਿੰਦਗੀ ਦੀਆਂ ਸੋਚਾਂ ਭੁੱਲ ਗਈਆਂ ਅੱਬਾਸ ਸੁਣੇ ਅੱਬਾਸ ਦੀ ਜ਼ੌਜਾ ਫਜ਼ਲ ਦੀ ਅੰਬੜੀ ਫਜ਼ਲ ਕੋ ਮਿੱਟੀ 'ਤੇ ਬਿਲਹੀ ਬੈਠੀ ਹੈ ਮੂੰਹ ਚੁਮਕਿਆ ਦੀ ਹੈ ਫਜ਼ਲ ਮੈਦਾਨ ਲਗਾ ਮੰਨ ਭਾਵੇਂ ਕਹਿ ਦੁਸ਼ਮਣ ਕੋਲ ਹੀ ਪੁੱਛਣਾ ਪਵੀ ਨਜਫ ਦਾ ਰਾਹ ਪੁੱਛ ਇਹ ਗੱਲ ਸੁਣੀ ਇਸ ਜ਼ਿੰਦਗੀ ਦੀਆਂ ਸੋਚਾਂ ਬੁੱਲ ਗਈਆਂ
ਉਬਾਲੇ ਕਦਮ ਚਾ ਕੇ ਆਪਣੇ ਖੇਮੇ 'ਚ ਆਏ। ਫਰਮਿੰਦਨ ਫਜ਼ਲ ਮੇਰਾ ਸੋਹਣਾ ਪੁੱਤਰ, ਮੈਂ ਤਾਂ ਕੋਈ ਇਹ ਨਹੀਂ ਆਖਦਾ ਜੋ ਮਾਂ ਦਾ ਆਖਾ ਨਾ ਮੰਨ, ਇਹਦਾ ਆਖਾ ਮੰਨਣਾ ਤੇਰੇ 'ਤੇ ਵਾਜਿਬ ਨਹੀਂ ਉਹ ਜਬੇ, ਪਰ ਇਨਹਾਂ ਕਦਮ ਤੇ ਰੁਕ, ਤੇਰੀ ਮੌਜੂਦਗੀ 'ਚ ਤੇਰੀ ਮਾਂ ਕੋਲ ਮੈਂ ਇੱਕ ਗੱਲ ਪੁੱਛਦਾ, ਮੈਡੇ ਜੀਂਦੇ ਨਜਫ ਦਾ ਰਾਹ ਕਿਉਂ ਪੁੱਛਦੇ? ਜਿਹਨਾਂ ਦੇ ਹੱਥ ਖੁੱਲ੍ਹੇ ਨੇ ਉਸੀ ਨੇ ਪਿਆ ਸੀ, ਮੈਡੇ ਜੀਂਦੇ ਨਜਫ ਦਾ ਰਾਹ ਕਿਉਂ ਪੁੱਛਦੀ? ਹੈ ਅਬਾਸ, ਤੂੰ ਜੀਂਦਾ ਹੈ? ਅਬਾਸ ਸਾਡਾ ਜੀਂਦਾ ਤਾਂ ਤੇਰੀ ਗੱਲ ਸੁਣੀ, ਜੀਂਦਾ ਤੇਰੀ ਗੱਲ ਸੁਣ ਕੇ ਅੰਦਰ ਆਇਆ, ਤੈਨੂੰ ਵੇਹਦਾ ਪੀਆਂ, ਤੱਕਦਾ ਪੀਆਂ, ਤੇਰੀ ਗੱਲ ਦਾ ਜਵਾਬ ਪੀਆ ਦਿੰਦਾ। ਬੀਬੀ ਆਦੀ ਬੇਸ਼ੱਕ ਤੇਰਾ ਗੱਲ ਸੁਣਨਾ, ਗੱਲ ਸੁਣ ਕੇ ਅੰਦਰ ਆਉਣਾ, ਮੈਨੂੰ ਤੱਕਣਾ, ਵੇਖਣਾ, ਮੈਨੂੰ ਜਵਾਬ ਦੇਣਾ, ਜ਼ਿੰਦਗੀ ਦੀ ਅਲਾਮਤ। ਪਰ ਅਬਾਸ ਮੇਰੀ ਸੋਚ ਮੁਤਾਬਿਕ ਅੱਜ ਤ੍ਰੀਜਾ ਨਹੀਂ ਹੈ, ਤੂੰ ਜੀਂਦਾ ਨਹੀਂ। ਅਬਾਸ ਸਾਦੇ ਦੀ ਕੋਈ ਦਲੀਲ? ਬੀਬੀ ਆਦੀ ਇਹ ਮੈਂ ਕੋਈ ਕੀ ਗੱਲ ਦਾ ਜਵਾਬ ਨਹੀਂ, ਤਾਂ ਕੋਈ ਦਲੀਲ ਮਿਲ ਵੈ ਸੀ ਜਿਹੜੇ ਮਾਤਮ ਕਰਨ ਆਇਓ? ਅਬਾਸ ਸਾਦੇ ਕਿਹੜੀ ਗੱਲ ਦਾ? ਬੀਬੀ ਆਦੀ ਇਨਸਾਫ ਨਾਲ ਦੱਸ, ਇਹ ਕਾਇਨਾਤ ਦੀਆਂ ਜ਼ਮੀਨਾਂ ਕਹਿੰਦੀ ਮਲਕੀਅਤ? ਅਬਾਸ ਸਾਦੇ ਪੁੱਛਣ ਵਾਲੀ ਗੱਲ ਹੈ ਮੇਰੇ ਸਰਦਾਰ ਹੁਸੈਨ ਦੀ ਜ਼ਖਮੀ ਮਾਂ ਦੀ। ਅਬਾਸ ਪਾਣੀ ਮੇਰੇ ਸਰਦਾਰ ਹੁਸੈਨ ਦੀ ਮਾਂ ਦੀ। ਅਬਾਸ ਇਨਸਾਫ ਨਾਲ ਤੂੰ ਦੱਸ, ਤਸੀਆਂ ਕਹਿੰਦੀਆਂ ਧੀਆਂ ਮੇਰੇ? ਆਹ ਮੇਰਾ ਬਾਹਰੋਂ ਆ ਕੇ ਆਪਣੇ ਮੁਹਿੱਬਾਂ ਦਾ ਗਵਾਹ ਬਣ, ਇਹ ਹਾਦਸਾ ਲੈ ਸ਼ਬੀਨ ਦੀ ਜ਼ਰੀ ਨਾਲ ਨੌਕਰ ਬੋਲੋ, ਮੈਂ ਨੌਕਰ ਹਾਂ, ਮੈਂ ਨੌਕਰ ਹਾਂ। ਕਿਆ ਬਾਤ ਹੈ, ਜਵਾਨੀਆਂ ਮਾਣੇ, ਜਵਾਨੀਆਂ ਮਾਣੇ, ਜਵਾਨੀਆਂ ਤਸੀਆਂ ਕਹਿੰਦੀਆਂ ਧੀਆਂ ਬੈਠੀਆਂ। ਅਬਾਸ ਇਹ ਜਿਹੜੇ ਧੀਆਂ ਵਾਲੇ ਬੈਠੇ ਹੋ, ਮੈਂ ਸਹੀ ਅੱਛਾ ਰਵਾਂਦਾ ਤਾਂ ਇੱਕ ਦੀ ਮੈਰੀ ਵੀ ਹੈ, ਮੈਂ ਇੱਕ ਦੀ ਰੱਖਦਾ। ਜਿਹੜੇ ਧੀਆਂ ਵਾਲੇ ਬੈਠੇ ਹੋ, ਤੁਹਾਡੀਆਂ ਝੋਲੀਆਂ 'ਚ ਫਿਕਰਾ ਪਾਉਣ ਲੱਗਾ, ਜੇ ਵਸੂਲ ਕਰੋ ਤਾਂ। ਅਬਾਸ ਪਿਛਲੇ ਤ੍ਰਹਿ ਪਾਰ ਜਿਹੜੇ ਮੇਰੇ 'ਤੇ ਗੁਜ਼ਰਨ, ਇਹ ਕਿਆਮਤ ਤੋਂ ਘੱਟ ਨੈਣ। ਮੈਂ ਬੈਠੀ ਆਉਂਦੀ ਹਾਂ ਆਪਣੇ ਖੈਮੇ 'ਚ, ਹੁਣ ਹੈ ਉਹ ਬੰਦਾ ਕਰੇਸੀ ਜਾਂ ਕੋਈ ਗਰੀਬ ਦੀ ਗਰੀਬ ਧੀ ਦੀ ਮਜਬੂਰੀ ਦਾ ਪੱਤਾ ਉਹ ਸੀ। ਹੁਸੈਨ ਦੀ ਪਿਆਰੀ ਅਤੇ ਲਾਡਲੀ ਧੀ ਮਾਸੂਮ, ਖਾਲੀ ਜਾਮ ਚਈ ਵਧੀ ਹੁੰਦੀ ਗਈ, ਹਾਏ ਕਰ ਛੋੜੇ, ਬਾਹਰੋਂ ਖੜਦੀ ਆਈ, ਅੰਦਰ ਨਹੀਂ ਆਉਂਦੀ। ਬਾਹਰੋਂ ਖੜ ਕੇ ਇੱਕ ਗੱਲ ਪੁੱਛਦੀ ਆਈ, ਚਾਚੀ ਆ ਜਾਂ ਚਾਚਾ ਨਹੀਂ ਆਇਆ? ਸ਼ਾਬਾਸ਼ ਸ਼ਾਬਾਸ਼, ਇਹ ਤਰ੍ਹਾਂ ਮਿਆਰ ਸੁਣਾ, ਸੋਹਣੀ ਹੈ ਕੀਤੀ ਵੀ ਸਿਵਾਏ ਗਮੇ ਸ਼ਬੀਰ ਦੇ, ਦੁਨੀਆਂ ਦੇ ਕਹਿ ਗਮੇ ਛਾਇ ਨਾ ਕਰ। ਅਜਾ ਚਾਚਾ ਨਹੀਂ ਆਇਆ, ਮਾਇਆ ਦੀ ਅਮਨ ਨਹੀਂ ਆਇਆ। ਅਬਾਸ ਭਾਵੇਂ ਛੋਟੀ ਆਈ ਨਾ, ਹਾਈ ਤਾਂ ਹੁਸੈਨ ਦੀ ਧੀ। ਅਬਾਸ ਬੱਚਾ ਵਾਲਾ ਜ਼ਿੱਦ ਨਹੀਂ ਕਰਦੀ। ਮੁਲਤਾਨ ਵਾਲੇ ਉਹ ਮੈਂ ਜੁਮਲੇ 'ਤੇ ਹੱਥਾਂ ਦੀ ਜ਼ਿਆਰਤ ਕਰਿਆ ਸਾਂ, ਕਿਤਨੇ ਨੇ ਜਿਹੜੇ ਸ਼ਬੀਰ ਖਾਲ ਕੀ ਮਾਤਮ ਕੀਤੇ, ਕਿਤੇ ਨੇ ਹੱਥ ਖੁੱਲ੍ਹੇ ਰੱਖੇ ਜੋ ਗੱਲ ਆ ਗਈ ਹੈ ਮਾਤਮ ਵਾਲੀ। ਅਬਾਸ ਚੁੱਪ ਕਰਕੇ ਟੁਰ ਪਾਉਂਦੀ ਗਈ। ਅਬਾਸ ਯਾਰਾਂ ਦਫਾ ਆਈਏ ਅਤੇ ਮੈਂ ਖਾਲੀ ਵਲਾਈਏ, ਕਿਹੜਾ ਮਾਤਮੀ ਹੈ ਜਾਂਦਾ ਹੱਥ ਸੀਨੇ 'ਤੇ ਆਸੀ, ਕਿਹੜਾ ਆਜ਼ਾਦਾਰ ਚਵਾਇਆ ਹੱਥ ਰੁਕੇ ਸੀ। ਅਬਾਸ ਜਿਹੜਾ ਮੈਂ 12ਵੀਂ ਦਫਾ ਆਉਂਦਾ ਡਿੱਠਿਆ, ਮੈਂ ਆਪਣੇ ਆਪ ਹੀ ਸੋਚਿਆ ਖਾਲੀ ਨਵਾ ਲਾਵਾਂ ਜੋ ਖਾਲੀ ਵਲੀ ਹੋਈ ਡਾਡੀ ਦੀ ਪੋਤਰੀ ਹੈ। ਅਬਾਸ ਵੀ ਆ ਤਾਂ ਮੈਂ ਕੁਝ ਕਰ ਨਾਮ ਸੰਗਦੀ, ਮੈਂ ਕੁਰਾਨ ਚਾਹੇ, ਮੈਂ 11 ਸਿਪਾਰੇ ਪੜ੍ਹਨ, ਗਰੀਬ ਦੀ ਧੀ ਖੜ ਕੇ ਸੁਣੇ। ਜਿਹੜਾ ਮੈਂ 12ਵਾਂ ਸ਼ੁਰੂ ਕੀਤਾ ਮੇਰੇ ਨਾਲ ਨਹੀਂ ਬੋਲੀ, ਆਸਮਾਨ ਤੋਂ ਦੇਖ ਕੇ ਆਦੀ ਹੈ ਸੱਚਾ ਦਿਨ ਸ਼ਾਲਾ ਗਰੀਬ ਕੋਈ ਨਾ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਜਿਹੜੇ ਮਾਤਮ ਕਰ ਸਕਦੇ ਹੋ, ਮੌਲਾ ਤੇਰਾ ਮਾਤਮ ਕਬੂਲ ਕਰੇ। ਸੱਚਾ ਦਿਨ ਸ਼ਾਲਾ ਗਰੀਬੀ ਕੋਈ ਨਾ ਹੋਵੇ, ਇਹ ਗੱਲਾਂ ਹਨ ਜੋ ਵੱਤ ਬਾਰੂ ਅੱਕ ਲਈਏ। ਚਾਚੀ ਹਾਲੇ ਨਹੀਂ ਆਇਆ, ਮੈਂ ਪਹਿਲੀ ਮਹੀਲੇ ਸੀ ਜੀ ਆਖਾ ਅੱਜ, ਤੇ ਹੁਣ ਹੀ ਦੱਸਣ ਲੱਗਾ, ਮਾਵਾਂ ਚੰਗੀਆਂ ਹੋਵਣ ਤਾਂ ਪੁੱਤਰ ਅਬਾਸ ਜੈ। ਹੁਣ ਅਬਾਸ ਜਵਾਬ ਨਰਜ਼ ਫਰਮਾਏ, ਸਰਦਾਰ ਦੀ ਧੀ, ਨੌਕਰ ਹਾਜ਼ਰ, ਚਾਚਾ ਨੌਕਰੀ ਸਰਦਾਰੀ ਦੇ ਦਾਅਵੇ ਖਤਮ। ਪਾਣੀ ਉਹ ਅਲੱਗ ਹਿੰਨਾ ਸੇ ਜਿਹੜਾ ਮੇਰਾ ਵੀਰ ਮਰ ਵੈ ਸੀ, ਕਿਹੜਾ ਮਾਤਮੀ ਹੈ ਜਿਹੜਾ ਹੈ ਨਹੀਂ ਕਰ ਸਕਦਾ? ਪਾਣੀ ਉਹ ਅਲੱਗ ਹਿੰਨਾ ਸੇ ਜਿਹੜਾ ਮੇਰਾ ਵੀਰ ਮਰ ਵੈ ਸੀ, ਇਸ਼ਾਰਾ ਮੈਂ ਕਰਨਾ ਤੇ ਹਾਏ ਤੇ ਮਾਤਮ ਇਹਨਾਂ ਜਵਾਨਾਂ ਕਰਨਾ। ਪਾਣੀ ਉਹ ਅਲੱਗ ਹਿੰਨਾ ਸੇ ਜਿਹੜਾ ਮੇਰਾ ਵੀਰ ਮਰ ਵੈ ਸੀ, ਪਾਣੀ ਉਹ ਅਲੱਗ ਹਿੰਨਾ ਸੇ ਜਿਹੜਾ ਮੇਰਾ ਵੀਰ ਮਰ ਵੈ ਸੀ। ਅਬਾਸ ਸਾਦੇ ਨੌਕਰ ਦੇ ਇਮਤਿਹਾਨ ਨਗਿਨ, ਮਸ਼ਕ ਹੱਥੀ ਤੂੰ ਨਪ, ਇਹ ਮਸ਼ਕ ਤੂੰ ਚ ਪਵਾ, ਨੌਕਰ ਦਵਾ ਦੇਈ ਅਗਰ ਇਹ ਸਲਾਮਤ ਰਹੇ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਸਦਕੇ ਸਦਕੇ ਸਦਕੇ, ਯਾਨੀ ਜਿਹੜੇ ਹਾਏ ਨੌਕਰ ਸੰਗ ਇੰਚਾ ਕੋਸਿਸ, ਪਾਣੀ ਆਇਆ ਤਾਂ ਆਸ਼ਾ,
نتہار دی لاش سید تواڈے نوکر دی لاش خیمے نال مولا ماتم قبول کرے بھائی تواڈا الحمدللہ کیا کس مشک توں چپوا نوکر دوا دی پانی آیا تا اساں ورنہ ہر دی لاش ہے یا نوکر دی لاش خیمے نال چاچا میں کیویں مشک پواں اوکھا جملہ قدر کرائے میں کیویں مشک پواں تہاڈا قد بلند ہے میں معصوم ہاں جڑے لاہور علی شین کو مکان نے بنایا بابے نے فرمیندے راندے ہیں کربلا دے میدان وچ سب تو وڈا قد آور عباس ہے میں جھولی چئی کھڑا اتنے تک تیری اکھ بند نہ تھی وے جتنے تک کربلا نہ ونجے ونج دیکھ سب تو چھوٹی قبر عباس دی وجہ ہی کوئی حسین ہاتھ لیندا گے عباس تقسیم ہوندا گے مولا تیرا ماتم قبول کرے سوائے غم شبیر دے دنیا دے کہ کا مچھائے نہ کرے جی دو تمہیں متامل ہو کے ٹھیک کے لگاتار رو نہیں سکتے لگاتار رونا تو حسین دا سجاد رونا تو تہاڈا قد بلند میں اپنے والد بزرگ وار کول غازی شہنشاہ دی وفات ڈھیر مجلساں سنیاں اے جملہ میں اتنا وڈا جملہ نہیں سنا جڑا تہاڈیاں جھولیاں پاؤن لگا تہاڈا قد بلند میں معصوم ہاں تہاڈا قد بلند میں معصوم ہاں عباس ساڈے نوکر دے امتحان نگھن مشک ہاتھی توں نپ جھکن دے طریقے میں کو ماں سکھا چھ قاسم بھرا عامر بھرا اتنا جھک ہے تاریخ دے لفظ اتنا جھک ہے حیامہ تے وفاوہ والا عباس جتھا حسین دی دھی دے پیر این عباس سر چرک ایو منظر حسین رٹھا ہے تھڑا سا بھر کے فرمدن بھرا مر ونی تری وفا دا صدقے معصومہ کے پائی کرے نہیں چاچے دے منڈے مچھا کیری مجبوری گئی مرا بھرا تس ہے حسین آ جائے بھرا تے کو پیار ہے میں کو نہیں مولا تہاڈے بھراواں دے جوڑ سلامت رکھے میں تو دعا ہی کر سکوں سوچ کے مشک پوا متا اپنے ہی نہ بچی تے میری کمر ہی ترٹ ونے بدن کمبے ہے معصوم دا کپ کپی تاری تھئی ہے لرزہ تاری تھے ڈر گئی ہے حسین دی دی عباس ڈٹھے جو معصوم تو وڈی تے سفارش ہی کوئی نہیں او زاکری کو ادب سکھاون والی قوم میں ایویں ادب نالی پڑھسا ہوں انہ چھوٹے پیراں تو سر چا کے حسین دے پیراں تے سر چ رکھ قدر کرائے بھائی جڑے قدردان ہو لفظاں دے خریدار جڑے بیٹھے سر پیراں تے نگاہاں ایویں اتاں ادے مولا کتنی نوکری کیتی ہے سید ادے 30 سال مولا کچھ منگم حسین ادے میں سکھدا ودا اج منگن ڈیسے حسین ادے غریب سمجھائی باویں اجڑ گیا ہاں تزارا دے بچے مولا یا تدھی دے آکھے تے ونجن دے یا ہکا دعا مانگ جتھا میڈا ہون سرے میں کو موت آ ونجے حسین ادے ول ول موت دیاں گالی کرنے تیرے بعد میں چوکھا جی بنا عباس تیرے بعد میں کو کہے نہ مارا میں آپ ہی مارو ایسا کیا بات ہے یار کیا بات ہے یار تہاڈی اللہ مان عباس میری مجبوری ہے مولا کیری مجبوری تک میں نہیں ٹورنا عباس آدھے مولا وقت کہیں ٹورنا ہے حسین آدھے تک اون ٹورنا ہے جائیں تک ٹورن سکھائے آئے ہمیں صدق تک اون ٹورنا ہے جاری تیرے آسرے تے ٹور کی آئیے جائیں پند کرنے ہیں تیرے آسرے تے ہیں حسین میں ٹورنا ہے ہاں بہن تو سا ٹورنا ہے بی بی آدھیا میں ٹورنا ہاں تو وقت مٹیاں تے کیوں سمائی
ਹੁਸੈਨ ਆਦੇ ਮੈਂ ਕੱਢਾਂ ਚਾਹੁੰਦਾ ਮੇਰੇ ਬਾਬੇ ਦੀ ਛਬੀ ਮਿੱਟੀਆਂ 'ਤੇ ਆਵੇ। ਹੁਣ ਮੇਰੇ ਹਾਂ ਰੁਕਸੀ ਜੋ ਕਹਿ ਦਾਦਾ ਰਹਿ ਨਾ ਕੀਤੀ। ਬੀਬੀ ਆਦੀ ਹੈ ਮੈਂ ਟੋਰਨਾ, ਉੱਠ ਅੱਬਾਸ, ਜੰਗੀ ਲਿਬਾਸ ਪਾ, ਜੰਗੀ ਹਥਿਆਰ ਚਾ। ਹੁਸੈਨ ਆਦੇ ਸਾਰੇ ਨਾਂ ਛੜਾ ਨੇਜ਼ਾ ਅੱਜ ਹੈ ਮੌਲਾ, ਮੈਂ ਜੰਗ ਨਹੀਂ ਕਰਨੀ। ਹੁਸੈਨ ਆਦੇ ਜੰਗ ਕਰਨ ਦਾ ਸ਼ੌਕ ਹੀ ਨਾ, ਇਤਨਾ ਜ਼ਹਿਨ 'ਚ ਰੱਖ ਕੇ ਲੈਣੇ, ਅੱਬਾਸ ਤੇਰੇ ਇੱਕ ਇੱਕ ਵਾਰ ਦਾ ਬਦਲਾ ਤੇਰੀ ਭੈਣ ਸ਼ਾਮ ਦੇ ਬਾਜ਼ਾਰ 'ਚ ਲੈ। ਜਿਹੜਾ ਔਰਤਾਂ ਪੱਥਰ ਮਰੇ ਸੇ ਆਖਸੀ ਨਾ ਮਾਰੋ ਮੈਂ ਨਮਾਜ਼ੀ ਦੀ ਭੈਣ, ਆਖਸੀ ਨਾ ਮਾਰੋ ਮੇਰਾ ਭਰਾ ਨਮਾਜ਼ ਪੜਦਾ ਮਰ ਗਈ। ਆ ਮੇਰਾ ਬਾਰਵਾਂ ਆਕਾ ਆਪਣੇ ਮੁਹਿੱਬਾਂ ਦਾ ਗਵਾਹ ਬਣਾ, ਜਵਾਨੀਆਂ ਮਾਣੇ, ਜਵਾਨੀਆਂ ਮਾਣੇ, ਬਿਲ ਤਹਾਸ਼ਾ ਮਾਤਮ ਪੈ ਕਰਾਂ ਜੋ ਮੌਲਾ ਤੇਰਾ ਮਾਤਮ ਕਬੂਲ ਕਰੇ। ਹੈ ਮੌਲਾ, ਨਹੀਂ ਨਹੀਂ ਗੱਲ ਤਗਲੀ ਹੈ ਗੁਰਬਤ ਵਾਲੀ। ਹੈ ਮੌਲਾ ਇਵੇਂ ਮੈਡੇ ਹੀ ਇੱਕ ਵਾਰ ਦਾ ਬਦਲਾ, ਮੈਡੀ ਸਹਿਣ ਤੇ ਤੈਡੀ ਭੇਣ ਦੇਵਣੇ। ਮੌਲਾ ਨੌਕਰ ਤੇ ਹਿੱਕਾ ਮਿੰਨਤ ਬਈ ਲਾਚਾ, ਮੇਰਾ ਆਖਰੀ ਵੇਲੇ ਮੇਰੇ ਹੱਥਾਂ ਕੋ ਪਾਹ ਬੰਦ ਕਰ, ਕਦਰ ਕਰੇ ਉਹ ਕਮੀਨੇ ਦੇ ਸਾਹਮਣੇ ਪਾਹ ਬੰਦ ਕਰਕੇ ਘਿਨ ਵੰਜ। ਉਹ ਕੁਆਖ ਜੇ ਇੱਕ ਵਾਸਤੇ ਤੈਂ 9 ਲੱਖ ਜਮ੍ਹਾਂ ਕੀਤੀ ਏ, ਉਹ ਪਾਹ ਬੰਦ ਥੀ ਕੇ ਆਇਆ ਖੜਾ ਏ ਤੇ ਤੇਰੀ ਮਿੰਨਤ ਪਿਆ ਕਰਦਾ, ਜਿਤਨਾ ਜ਼ੁਲਮ ਕਰ ਸਕਦਾ ਮੈਡੇ ਤੇ ਕਰ, ਇੱਕੋ ਕੁਝ ਨਾ ਖਾਏ। ਬਸ ਖਤਮ, ਆਖਰੀ ਬਾਤ। ਬਹੁ ਰੋ ਬੈਠੇ, ਜਿਤਨਾ ਨਸੀਬ ਹੀ ਛੋਸੀਆ ਰੋਸੇ। ਬੀਬੀ ਆਦੀ ਅੱਬਾਸ ਆਖਰੀ ਮਿੰਨਤ ਲਾ ਬਹਿਣ ਤੇ, ਮੈਂ ਹਮ ਤੇਰੇ ਸਹਾਰੇ ਤੇ ਮੈਂ ਜਾਣਦੀ ਹਾਂ ਤੂੰ ਵਹਿੰਦਾ ਪਿੰਡ ਤੇ ਵੱਲਣਾ ਕੋਈ ਨਹੀਂ। ਆਰਾਮ ਆਰਾਮ ਨਾਲ ਘੋੜੇ ਤੇ ਸਵਾਰ ਥੀ, ਅਸਾਂ ਆਪਣੇ ਹਿੱਸੇ ਦਾ ਕੁਰਾਨ ਪੜ੍ਹ ਗਿਨੂੰ, ਮੱਤਾਂ ਤੁਹਾਡੀਆਂ ਲਾਸ਼ਾਂ ਤੇ ਸਾਕੋ ਕੁਰਾਨ ਖਾਨੀ ਕੋਈ ਨਾ ਕਰੇ। ਇਹ ਗੱਲ ਕੀਤੀ ਭੈਣ, ਪਰ ਅੱਬਾਸ ਨੂੰ ਸਵਾਰ ਹੁੰਦੇ ਢਿੱਲ ਲੱਗ ਗਈ। ਅਲੀ ਦੀਦੀ ਪਹਿਲੇ ਕੁਰਾਨ ਦਾ ਖਤਮ ਚ ਕੀਤਾ, ਮੁਲਤਾਨ ਨਾਲ ਕਰੋ ਆ ਸਵਾਲ, ਹੁਸੈਨ ਦਾ ਜਾ ਕੇ ਰਹੇ, ਖਾਨਦਾਨੀ ਜਾ ਕੇ ਰਹੇ, ਸਾਕੂ ਦੱਸ ਦੇਰ ਕਿਉਂ ਲੱਗੀ ਅੱਬਾਸ ਨੂੰ? ਮੈਂ ਦੱਸਾਂ ਇਸੇ ਵਾਸਤੇ ਦੇਰ ਲੱਗੀ, ਅੱਗੇ ਜਿਹੜਾ ਸਵਾਰ ਹੋਇਆ ਕਿਨੂੰ ਅਕਬਰ ਆਵਿਆ ਹੈ, ਕਰ ਛੋੜ ਕਿਨੂੰ ਕਾਸਿਮ ਆਵਿਆ। 5 ਸ਼ਾਗਿਰਦ ਹਨ ਜਿਹੜੇ ਸਵਾਰ ਕਰਨੇ ਹਨ। ਅੱਜ ਕੋਈ ਹੈ ਜਿਹੜਾ ਗਰੀਬ ਕੋ ਸਵਾਰ ਕਰਾਵੇ? ਜਿਹੜਾ ਕੋਈ ਨਜ਼ਰ ਨਹੀਂ ਆਇਆ, ਬੇਸਾਖਤ ਅੱਬਾਸ ਦੇ ਮੂੰਹ 'ਚ ਨਿਕਲਿਆ, ਕਿਨ ਗਿਓ ਮੇਰਾ ਅਕਬਰ ਜਵਾਨ, ਕਿਨ ਗਿਓ ਮੇਰਾ ਕਾਸਿਮ ਬਨਰਾ, ਜਿਹਨਾਂ ਕਾਸਿਮ ਦੇ ਨਾਲ ਹੱਕਲ ਮਾਰੀ ਸੀ, ਕੰਬਦਾ ਤੇ ਜ਼ਈ ਫਤਕੋ ਚਚਾ ਦੀਆਂ ਝਾੜਾ ਭੇਣ ਚੜਾ ਮਾੜਾ। ਅੱਬਾਸ ਆਦੇ ਮੈਂ ਭੇਣ ਹੀ ਗੁਨੀ ਛੱਡਾ, ਤੂੰ ਕਿਹੜੀ ਭੇਣ? ਆਦੀਆ ਮੈਂ ਤੇਰੇ ਲੈਕ ਸ਼ਾਗਿਰਦ ਕਾਸਿਮ ਦੀ ਮਾਂ ਹਾਂ। ਅੱਬਾਸ ਆਦੇ ਕਾਸਿਮ ਦੀ ਨਹੀਂ, ਤੂੰ ਮੇਰੀ ਮਾਂ ਹੈ, ਮੈਂ ਮਾਵਾਂ ਕੋ ਤਾਂ ਨਹੀਂ ਛੱਡਾ। ਬੀਬੀ ਆਦੀਏ ਬੇਸ਼ੱਕ ਨਹੀਂ ਵੀ ਛੱਡਾ, ਮੈਂ ਖੜੀਆਂ ਬਚੜੇ ਦੀ ਲਾਸ਼ ਕੋਲ, ਜਿਹਨਾਂ ਤੈਂ ਮੇਰੇ ਯਤੀਮ ਦੇ ਨਾਲ ਹੱਕਲ ਮਾਰੀ ਹੈ, ਮੈਂ ਡਿੱਠਾ ਮੇਰੇ ਯਤੀਮ ਦਾ ਕੋਈ ਟੁਕੜਾ ਕਿੱਥੋਂ ਉੱਠਾ, ਕੋਈ ਟੁਕੜਾ ਕਿੱਥੋਂ ਉੱਠਾ, ਹਰ ਟੁਕੜੇ ਚ ਆਵਾਜ਼ ਗਿਆ ਅੰਮਾ ਮੇਰੇ ਉਸਤਾਦ ਦਾ ਉੱਠਾ ਵੇ ਲੈ, ਅੰਮਾ ਮੇਰੇ ਉਸਤਾਦ ਘੋੜੇ ਤੇ ਨਹੀਂ ਚੜ ਸਕਦਾ, ਅੰਮਾ ਮੇਰੀ ਮਜਬੂਰੀ ਹੈ, ਮੇਰੇ ਟੁਕੜੇ ਜੋ ਇੱਕ ਛਾ ਨਹੀਂ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਅੱਲਮਾਨ ਅੱਲਮਾਨ ਅੱਲਮਾਨ। ਬਸ ਖਤਮ, ਨਾ ਸੁਣਨ ਦੀ ਸਕਤ ਨਾ ਪੜ੍ਹਨ ਦੀ ਤਾਬ। ਇਜਾਜ਼ਤ ਦਾ ਸਬਬ ਧੀ ਬਣੀ ਆ ਮੇਰੀ ਲਾਹੌਰ ਵਾਲੀ ਸਹਿਣ, ਹੁਣ ਇਹਨਾਂ ਮੁਕਾਣੀਆਂ ਦੀ ਆਪ ਜਾਮਿਨ ਬਣ। ਭਤਰੀਜੀਆਂ ਤਾਂ ਧੀਆਂ ਆਉਂਦੀਆਂ ਨੇ, ਹੈਂ ਚੜਾਇਆ ਬੇਵਾ ਭਰ ਜਾਈ, ਮੈਦਾਨ ਗੇ ਉਮਤ ਤਕਸੀਮ ਚ ਕੀਤੇ, ਜਿਹੜੇ ਜ਼ਬਾਨ ਰੱਖਦੇ ਹਾਏ ਕਰ ਛੋੜੇ, ਪਹਿਲੇ ਹੋਇਆ ਸੱਜਾ ਬਾਜ਼ੂ ਕਲਮ, ਅੱਬਾਸ ਦੇ ਮੂੰਹ 'ਚ ਨਿਕਲੇ ਵੰਜ ਹੋਇਆ ਅਸਗਰ ਦੀ ਵੇਦ, ਜਿਹੜੇ ਧੀਆਂ ਵਾਲੇ ਮਾਤਮ ਪੈ ਕਰਿਆ ਦਿਓ ਵੱਧ ਹੋਇਆ ਖੱਬਾ ਬਾਜ਼ੂ ਕਲਮ, ਅੱਬਾਸ ਦੇ ਮੂੰਹ 'ਚ ਨਿਕਲੇ ਵੰਜ ਮਾਸੂਮਾਂ ਦੀ ਵੇਦ। ਜੇ ਮਾਤਮ ਕਰੋ ਤਾਂ ਔਖਾ ਜੁਮਲਾ ਸੁਣਾਵਾਂ,
ही कमीने तीर मारे अब्बास दी सजी आखी च लगे हुन मरदे हो तो मर वो मैं ना लुका सकता इंसाफ नाल दसा कंडा जो पैर च लगे किस नाल कट दे हो किस नाल कट दे हो हथा नाल ते अब्बास दे तनुए बाजू कोनन सत्तर बार अब्बास सर को झटका दिता है अब्बास दे अलम दी कसम है दर्द को नहीं कटदा तीर हिका सोच अस अगे अकबर दी बर्छी छीके बुढड़ा थे माडा तीर छीके ले ज़ैनब तवीर मार न वजे शाबाश 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 जरे मत पे करे दियो अगे अकबर जी हौसले नाल बड़े हौसले नाल अकबर दी बर्छी छीके बुढड़ा थे माडा तीर छीके ले ज़ैनब तवीर मार न वजे तीर पुरखस कोच ते उत्तु दिती जानू दी तड तीर छिकी दस पर अक शहीद हो गई जना अक शहीद हो ये उले मासूमा बाबे दा दामन नप किया दिया बाबा एक दफा ता चाचा दिखा सैया दादे भेज आई उंडे एक नहीं मैडा कम में आदि इतने साबर दीदियां सबर करे सा मुल्तान आले ओ हुसैन धी कुचाए मासूमा डिठे ही मुंडे च रात ई मुंडे च रात ई आखी तीर ई आखी च रात रेत छोटे छोटे हाथ बन के दिए बाबा मां दे खाली वलण दा वास्ते ही मैडा मरद है मरण दे कोई वास लगदा ही ता अपना बचा उसने ना दे ओखे वेले भैया नी मड़ी कमर त्रट गई है जरे भिरा वाले बैठे हो मौला तोरे भिरा वाले जोर सलामत रखे गंदे भिरा होवन चंगे ना ही होवन भिरावां दी मौत चंगी नहीं लगदी हुण इन्हां दे वैण बुलंद हो गए ते तुसां मातम करना है ते मैं गल पिया करना हुसैन ते अब्बास ते भिरा दी मुल्तान आले औरों दी अखां नाल मैं को दसो गरीब भिरा दी लाश ते किवें आया उस मैं दसा किवें करे से मातम दुआएं हाथ कमर ते कहवेले सजे लुडवें दे ਕਵਲੇ ਖਬੇ ਲੁੜਵੰਦੇ ਹਕਲੇ ਵੱਡਾ ਮਰੇਂਦੇ ਅੱਬਾਸ ਤੂੰ ਤਲੇ ਗੇ ਮੈਂ ਕੁਡਾਸ ਮੈਂ ਭੈਣ ਕਿਨ ਘਰ ਸੈਦਾ ਦੇ ਤੂੰ ਲੈ ਗੇ ਭੈਣ ਜੰਗਲੇ ਚ ਰੋ ਲਗਈਏ ਸ਼ਾਬਾ 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 ਇਵੇਂ ਹੱਕ ਬਣਦਾ ਆਈ ਅੱਜ ਤੈਨੂੰ ਮੁਕਾਣ ਦੇ ਦੂ ਲਾਸ਼ਾਂ ਤੇ ਔਖਾ ਅਕਬਰ ਦਾ ਬਾਬਾ ਇੱਕ ਅਕਬਰ ਦੀ ਲਾਸ਼ ਦੱਸਾਂ ਕਿਵੇਂ ਅਕਬਰ ਦੀ ਲਾਸ਼ ਤੇ ਜਾਨੂ ਬਜਾਨੂ ਦੂਜਾ ਹੀ ਅੱਬਾਸ ਦੀ ਲਾਸ਼ ਜਾਨੂ ਬਜਾਨੂ ਨਹੀਂ ਗੀ ਆ ਰਸਤੇ ਚ 130 ਦਫਾ ਧਣ ਵੀ ਹੈ ਅੱਬਾਸ ਘਰ ਕੇ ਜਾਣ ਪਉਂਦਾ ਯਾ ਅਲੀ ਘਰ ਕੇ ਉੱਠੀ ਖੜਦਾ ਸੈਦਾ ਦਾ ਮੈਂ ਗੁੰਡਾ ਮੈਂ ਜ਼ੈਨਬ ਕੇ ਨਾ ਘੇਰਵਨ ਜਿਹਦੇ ਹੱਥ ਸਾਥ ਦੇਵੇ ਸੀਨਾ ਸਾਥ ਦੇਵੇ ਤਾਂ ਉਹਦਾ ਹੱਥ ਅਸੀਂ ਬਹੁ ਔਖਾ ਬਿਰਾ ਦੀ ਲਾਸ਼ ਤੇ ਆਏ ਦੱਸ ਗਈਆਂ ਬਾਜ਼ੂ ਹੈਨ ਕੋਈ ਨਾ ਈ ਆਖੀ ਤੀਰ ਈ ਆਖੀ ਚੜਾ ਤਰੇਤ ਮੈਂ ਦੇਖ ਸਾਂ ਕਿਹੜਾ ਮਾਤਮੀਆਂ ਜਾਂਦਾ ਹਸੀ ਨੇ ਤਨੀ ਦਿਸਦਾ ਕੁਝ ਨਾ ਇਸ ਸਰਦਾਰ ਦੇ ਕਦਮਾਂ ਦੀ ਆਟ ਕੰਨਾਂ ਤੇ ਗਈ ਇਸ ਸਮਝਿਆ ਦੁਸ਼ਮਣ ਦਾ ਕੋਈ ਸਿਪਾਹੀ ਹੋ ਸੀ ਇਨਾਮ ਦੇ ਲਾਲਚ ਤੇ ਮੈਂ ਸਰ ਕਲਮ ਕਰੇਂਦਾ ਗਾਦੀ ਦੀ ਆਵਾਜ਼ ਆਉਂਦੀ ਹੈ ਬੰਦਾ ਖੁਦਾ ਬੇਸ਼ੱਕ ਮੈਂ ਸਰ ਕਲਮ ਕਰੇ ਪਰ 5 ਮਿੰਟ ਘੰਟੀ ਦੇ ਨਾਲ ਛਾਪ ਕੇ ਬਾਏ ਮਤ ਮੈਂ ਵਾਰਸਾਂ ਦਾ ਸੈਦਾ ਦਾ ਡਰ ਨੇ ਮੈਂ ਬਚਣਾ ਮੋਇਆ ਹੁਸੈਨ ਸੈਦਾ ਦਾ ਡਰ ਨੇ ਮੈਂ ਫਿਰਾਵਾ ਮੋਇਆ ਰਾਜ਼ੀਏ ਮੇਰੀ ਸੈਨ ਰਾਜ਼ੀਆ ਬਾਸ ਦੀ ਭੈਣ ਆਦੇ ਮੌਲਾ ਮੇਰੀ ਅੱਖ ਜ਼ਖਮੀ ਏ ਇਹ ਅੱਖ ਜਿਹੜਾ ਤਰੇ ਤੇ ਬਾਜ਼ੂ ਨਾਲ ਕੋਈ ਨਹੀਂ ਜੋ ਤੇਰੇ ਕਦਮਾਂ ਤੇ ਹੱਥ ਲਾਵਾਂ ਮੌਲਾ ਮੇਰੀ ਮਜਬੂਰੀ ਏ ਮੈਂ ਕੋ ਮਾਫ ਕਰੇ ਸੈਦਾ ਦੇ ਤੇਰੀ ਮਜਬੂਰੀ ਏ ਮੈਨੂੰ ਦੇਖ ਮੇਰੇ ਤੇ ਗੁਰਬਤ ਆ ਗਈ ਗੁਰਬਤ ਦੇ ਟਾਈਮ ਮਜ਼ਦੂਰੀ ਵਾਜੇ ਬੋਲਦੀ ਏ ਮੈਂ ਮਜ਼ਦੂਰੀ ਕਰੇ ਨਾ ਮੇਰੀ ਉਜਰਤ ਦੇ
اس تو زیادہ ملتان علیہ کیرا مسائب ہو سی حسین دی جھولی ہے مرو دیکھیں عباس دا سر جھولی پائی بیٹھ اپنی پھٹی ہوئی ابال نہ رت ریت کردہ بیٹھ آدھا بیٹھے عباس ساری زندگی کچھ نہیں بھی منگیا آخری ویلے منگی ہے تموت ہن میں آپ آدھا کچھ منگ ایویں نہیں منگدا میں زمانے دا امام امام ہو کے حکم نے نہ مانگا آج امام دے حکم نال منگوے نے آج منگنا میں دی لاش خیمے نہ گھرونے متانے میں سکینہ کے پاری کیوں نہیں گھر آج بڑی منے نے بڑی اللہ ماتم کر ماتم کر مار حسینے دے سیاد آدھے اوکھی منوائی آئی اوکھی منوائی آئی تھوڑا جی آواز بدے سے بھائی منے نا دشمنا دے تانے سننا کوئی آگ سی چار نائی سنگدا غربت رہ گیا حسین کوئی آگ سی سکی ماں دے پتر نائس تڑی منے نے میری اجرت دے آدھا کیا دے ور جو گا سیدہ دے آخری ویلے میں کوئی گواری پھرا سر آدھا پھرا سدے تا زینب سدے تیرے پاس سڑے کھان سارا دا جو سان جن نقصان بھرا سڑے حسن سڑے میں تا تڑی دائی دا پترا ماں نال وعدہ کیتا ایم ماں فرمایا ساری زندگی بھرا نہ سڑے کھیر نہ بخشے سا یا گل منونی آوی میں کو مدینے دس ہوئی میری ماں مدینے رہ گئی سیدہ دے آکے تا ساڑ نیوے آکے تا ماں دا کوئی زامن نیوے آدھے کون زامنے کان پیچھا بیادے یہ مانونی تا میں آئی بیٹھی حوصلہ 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 نال بی بی آدھے مانونی میں جتا گی آئی تائیں برداشت نہیں کرنا ابا سادے کون زمانت نے ونا لی سیادہ دے نیوی سنیاتا نیوی سنیاتا مری زخمی ماں سائن دی حق علی عباس میں چھڑی زامن نہیں کل ناوی دی دی گیر تری ماں کو اپنی کبر تے سڈیم اندھے نال ایک تبادلہ کی تیم کل ناوی دی دی گیر دے بعد حسن حسین دی ماں ام البنین رکا یار تے عباس دی ماں میں ماں بڑھ کے منت کرے دیا غریب سمیت کے ساتھ توڑا پتھر دا دلیوں کانڈ کروایا نو دفعہ باز سڑھائے حسین سنائے داوی دفعہ سڑھائے لگے حسین مونتے اپنی تا چوبکار مرے نقصان ہو گئے آدھا کیرا نقصان سیدہ دے درہ سارچے نظر کناد دیکھا حسین سارچایا عباس نٹے زینب وال کھولی کریا آدھیا میں کو بھیڑ سنیا اور میں بازار ونجنے اور میں دربارے کیرے پاسے دیکھا حوصلہ حوصلہ ان حوصلے نال حوصلے نال میں کو دسو میں کو دسو جنا غریب واللہ خیمے کیسے چاہے مشاق دے ٹکڑے علم دے پرزے او وینے جو گھر تک ہی روئے سیادہ دے آلیا بھین ای مکان دیوار سکین گئی ہے نوے بھین بھیرائن خیمے جا کے گیرہ منظر نٹھانے چیاں مہینہ دے بھیراکوں پیگیج کر کے مٹی دے سمائی بھئیے بھیرا دے مون دے مورا کیا دیئے کلو کا مر گیا ہوئے او نہ تو ہوئے کر سنگنے ماتم سینہ نیوی رکھ دا کرویں جیرے ماتم پہ کریں دیو
جڑے ماتم پہ کریں دن اے آخری وینے وقت میں سبھی منگوے سا انصاف نال دسا اے ساڈے پاکستان وچ ساڈے پاکستان وچ جڑے ماتمی بیٹھو زنجیر دنی دے ایک دفعہ ہاتھ چوائے جڑے زنجیر دنی دے ماتمی سارے ماتمی نے ساڈے پاکستان وچ زنجیر دنی دا ماتم دا محرم کو ولے تھیندا اے جنا ذاکر حسین دی شبی پڑھدا اے ایران چوں ولے تھیندا اے جدا کبوتر چھوڑے وینن آمد سر تے قران دا کربلا وچ دا محرم کو زنجیر دنی دا ماتم ولے تھیندا اے جدا اللہ مجھان پوندا اے اللہ دا جھنڈا مڈی سین دے سر تو چادر چھڑیے بیبیاں تے دیکھیا دی میں کوئی نہیں زامن چوم ویر مسچا ویر آخ تاری مات نے چھوڑی تک لانا دیکھ کے گو تو مس تورا کھا کر